ਦੇਖੋ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਕੋਟਲੀ ਦੇਵਨਵਾਲਾ ਵਿਖੇ ਕਿਹੜਾ ਗੱਲਾਂ ਨੂੰ ਲੈ ਕੇ ਬੱਚਿਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ। ਅੱਜ ਸਾਡਾ ਇੱਥੇ ਆਉਣਾ ਤੇ ਆਪ ਜੀ ਨੂੰ ਮਿਲਣਾ ਇੱਕ ਮਕਸਦ ਹੈ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਾਉਣਾ ਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਾਉਣਾ, ਕਿਉਂਕਿ ਅੱਜ ਕੱਲ੍ਹ ਉਹਨੇ ਲੋਕ ਬਿਮਾਰੀਆਂ ਦੇ ਨਾਲ ਨਹੀਂ ਮਰ ਰਹੇ ਜਿੰਨੇ ਆਪਣੀ ਹੀ ਲਾਪਰਵਾਹੀ ਤੇ ਅਣਗਹਿਲੀ ਦੇ ਕਾਰਨ ਰੋਡ ਐਕਸੀਡੈਂਟਾਂ ਵਿੱਚ ਉਚਲੇ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਆਏ ਦਿਨ ਬਹੁਤ ਸਾਰੀਆਂ ਦੁਰਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਖਾਸ ਕਰਕੇ ਕਈ ਸੜਕ ਹਾਦਸੇ ਸਿਰਫ ਇਸ ਕਰਕੇ ਵਾਪਰਦੇ ਨੇ ਜਦੋਂ ਅਸੀਂ ਟ੍ਰੈਫਿਕ ਨਿਯਮਾਂ ਨੂੰ ਛਿੱਕ ਕੇ ਟੰਗ ਦਿੰਦੇ ਹਾਂ ਜਾਂ ਰੋਡ ਸੇਫਟੀ ਦਾ ਧਿਆਨ ਹੀ ਨਹੀਂ ਰੱਖਦੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਸ੍ਰੀ ਮੁਕਤਸਰ ਸਾਹਿਬ ਦੇ SSP ਰਾਜਬਚਨ ਸਿੰਘ ਸੰਧੂ ਜੀ ਦੀਆਂ ਹਿਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਦੀ ਨਸ਼ਾ ਵਿਰੋਧੀ ਚੇਤਨਾ ਯੂਨਿਟ ਇੰਚਾਰਜ ਗੁਰਦਿੱਤ ਸਿੰਘ, ਟ੍ਰੈਫਿਕ ਐਜੂਕੇਸ਼ਨ ਸਕੂਲ ਇੰਚਾਰਜ ਗੁਰਜੰਟ ਸਿੰਘ ਅਤੇ ਇੰਚਾਰਜ ਕਾਸਮ ਅਲੀ ਵੱਲੋਂ ਸਰਕਾਰੀ ਹਾਈ ਸਕੂਲ ਦੇਵਨਵਾਲਾ ਦੇ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ, ਜਿੱਥੇ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕ ਡਾਕਟਰ ਸੰਦੀਪ ਕੌਰ ਵੱਲੋਂ ਵਿਦਿਆਰਥੀਆਂ ਸਮੇਤ ਸ਼ਿਰਕਤ ਕੀਤੀ ਗਈ। ਇਸ ਸੈਮੀਨਾਰ 'ਚ ਗੁਰਦਿੱਤ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਤੇ ਉਹਨਾਂ ਕਿਹਾ ਕਿ ਜ਼ਿੰਦਗੀ ਨਾਲੋਂ ਨਸ਼ੇ ਇਨਸਾਨ ਨੂੰ ਤੋੜਦੇ ਹਨ, ਸਾਨੂੰ ਮਾੜੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਨਸ਼ਾ ਕਰਨ ਵਾਲਿਆਂ ਦੇ ਘਰ ਬਰਬਾਦ ਹੋ ਜਾਂਦੇ ਨੇ ਅਤੇ ਲੜਾਈਆਂ ਝਗੜਿਆਂ ਦਾ ਕਾਰਨ ਨਸ਼ੇ ਹੀ ਹਨ, ਸਾਨੂੰ ਤੰਦਰੁਸਤ ਜੀਵਨ ਜੀਣਾ ਚਾਹੀਦਾ ਹੈ। ਗੁਰਜੰਟ ਸਿੰਘ ਅਤੇ ਕਾਸਮ ਅਲੀ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਅਸੀਂ ਵੱਡੀਆਂ ਸੜਕ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ। ਚਾਰ ਪਹੀਆ ਵਾਹਨ ਚਲਾਉਣ ਸਮੇਂ ਸਾਨੂੰ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਦੀ ਹੋਰ ਕੀ ਕੁਛ ਕਿਹਾ ਤੁਸੀਂ ਆਪ ਸੁਣੋ। ਅਸੀਂ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਹਾਂ ਅਤੇ ਅਸੀਂ UBA ਦੇ ਅਧੀਨ ਆਏ ਹਾਂ। ਅਸੀਂ SSP ਸਾਹਿਬ ਸ਼੍ਰੀ ਮੁਕਤਸਰ ਸਾਹਿਬ ਰਾਜਬਚਨ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਟੀਮ ਨੂੰ ਇੱਥੇ ਭੇਜਿਆ ਅਤੇ ਇੱਥੋਂ ਦੇ ਬੱਚਿਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਅਤੇ ਡਰੱਗ ਅਡਿਕਸ਼ਨ ਤੋਂ ਦੂਰ ਰਹਿਣ ਲਈ ਲੈਕਚਰ ਦਿੱਤਾ। ਧੰਨਵਾਦ ਜੀ। ਮੈਂ ਡਾਕਟਰ ਸੰਦੀਪ, ਗੁਰੂ ਨਾਨਕ ਕਾਲਜ ਫਾਰ ਗਰਲਸ। ਅੱਜ ਅਸੀਂ UBA ਦੇ ਤਹਿਤ, ਉੱਨਤ ਭਾਰਤ ਅਭਿਆਨ ਦੇ ਤਹਿਤ, ਮੈਂ ਅੱਜ ਆਪਣੀ ਟੀਮ ਨੂੰ ਇੱਥੇ ਲੈ ਕੇ ਆਈ ਹਾਂ ਅਤੇ ਅਸੀਂ ਆਪਣਾ ਸ਼ੁਕਰਗੁਜ਼ਾਰ ਹੈਗੇ ਹਾਂ SSP ਸ਼੍ਰੀ ਮੁਕਤਸਰ ਸਾਹਿਬ ਦੇ ਕਿ ਜਿਨ੍ਹਾਂ ਨੇ ਸਰਦਾਰ ਗੁਰਜੰਟ ਸਿੰਘ ਜਟਾਣਾ ਨੂੰ ਇੰਚਾਰਜ ਟ੍ਰੈਫਿਕ ਪੁਲਿਸ ਨੂੰ ਇੱਥੇ ਭੇਜਿਆ। ਆਪਣੀ ਸਮੁੱਚੀ ਟੀਮ ਦੇ ਨਾਲ ਉਹ ਇੱਥੇ ਆਏ ਅਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਅੱਜ ਦਾ ਟੀਚਿੰਗ ਲਰਨਿੰਗ ਦਾ ਇਹ ਪ੍ਰੋਗਰਾਮ ਸੰਪੂਰਨ ਹੋਇਆ। ਅੱਜ ਦੇ ਸਾਡੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਸੀਗਾ ਟ੍ਰੈਫਿਕ ਰੂਲਸ ਬਾਰੇ ਪਿੰਡ ਦੇ ਲੋਕਾਂ ਨੂੰ ਅਤੇ ਬੱਚਿਆਂ ਨੂੰ ਜਾਗਰੂਕ ਕਰਨਾ ਅਤੇ ਨਾਲ ਹੀ ਉਹਨਾਂ ਨੂੰ ਨਸ਼ੇ ਵਰਗੀ ਬੁਰੀ ਆਦਤ ਤੋਂ ਬਚਾਉਣਾ। ਅਸੀਂ ਅੱਜ ਫਿਰ ਸਾਰੀ ਟੀਮ, ਗੁਰੂ ਨਾਨਕ ਕਾਲਜ ਫਾਰ ਗਰਲਸ ਦੀ ਸਾਰੀ ਟੀਮ, ਉਹਨਾਂ SSP ਸਾਹਿਬ ਦਾ ਸ਼ੁਕਰਗੁਜ਼ਾਰ ਕਰਦੇ ਹੈਗੇ ਹਾਂ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਸਾਡਾ ਅੱਜ ਦਾ ਇੱਕ ਜਿਹੜਾ ਪ੍ਰੋਗਰਾਮ ਸੀ ਉਹ ਬਹੁਤ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। ਥੈਂਕ ਯੂ। ਤਾਂ ਉਹ ਵੀ ਅਪਰਾਧ ਕਰ ਰਿਹਾ। ਸਕੂਲ ਦਾ ਜਿਹੜਾ 100 ਗਜ਼ ਦਾ ਏਰੀਆ, ਉਹਦੇ ਅੰਡਰ ਕੋਈ ਤੰਬਾਕੂ ਵਗੈਰਾ ਵੇਚ ਰਿਹਾ ਤਾਂ ਉਹ ਵੀ ਅਪਰਾਧ ਕਰ ਰਿਹਾ। ਕਿੰਨੇ ਕੁ ਅਵੇਅਰ ਆ ਸਰ? ਬਹੁਤ ਬੇਟਾ, ਇਹਨਾਂ ਚੀਜ਼ਾਂ 'ਚ ਫਰਕ ਪੈਂਦਾ। ਹੁਣ ਇਹ ਸੀ ਨਸ਼ੇ ਦੀ ਗੱਲ ਵੀ ਨਸ਼ੇ ਦੇ ਨਾਲ ਲੋਕ ਕਿਵੇਂ ਕੀ ਕਰ ਰਹੇ ਨੇ,
ਕਿਵੇਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਨਸ਼ੇ ਦੇ ਕਾਰਨ, ਹਰ ਇੱਕ ਨੂੰ ਪਤਾ। ਪਰ ਇੱਧਰਲੇ ਪਾਸੇ ਸੋਚਣ ਲਈ ਅਸੀਂ ਉਤਸ਼ਾਹਿਤ ਹੈ ਨਹੀਂ ਗੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸੋਚੀਏ। ਹੁਣ ਟ੍ਰੈਫਿਕ ਨਿਯਮਾਂ ਦੀ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਤੁਹਾਨੂੰ ਪਹਿਲਾਂ ਸੈਮੀਨਾਰ ਲਾ ਕੇ ਗਏ ਸੀ, ਅਸੀਂ ਗੱਲ ਸਮਝਾ ਕੇ ਗਏ ਸੀ ਸਾਰੇ ਬੱਚਿਆਂ ਨੂੰ, ਸ਼ਾਇਦ ਕੁਝ ਕੁ ਬੱਚੇ ਉਹ ਗੱਲ ਨੂੰ ਫਾਲੋ ਕਰਦੇ ਹੋਣ ਅਤੇ ਬਾਕੀ ਦਾ ਉੱਥੇ ਦਾ ਉੱਥੇ ਹੀ ਪ੍ਰੋਗਰਾਮ ਹੋ ਗਿਆ ਹੋਵੇ। ਪੈਦਲ ਚੱਲਣ ਦੀ ਗੱਲ ਆਪਾਂ ਕਰੀਏ ਬੇਟਾ, ਮੋਟਰ ਵਹੀਕਲ ਐਕਟ ਕਹਿ ਰਿਹਾ ਪੈਦਲ ਚੱਲਣ ਦੀ ਗੱਲ, ਕਿਉਂਕਿ ਸਾਨੂੰ ਹਜੇ ਤੱਕ ਪੈਦਲ ਸੜਕ 'ਤੇ ਤੁਰਨਾ ਹੀ ਨਹੀਂ ਆਇਆ। ਕਾਰਨ ਕੀ ਹੈ, ਸਾਨੂੰ ਕਿਸੇ ਨੇ ਸਮਝਾਇਆ ਨਹੀਂ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਪਰ ਜਿਹੜਾ ਮੋਟਰ ਵਹੀਕਲ ਐਕਟ ਕਹਿ ਰਿਹਾ ਵੀ ਸੜਕ ਦੇ ਜੇਕਰ ਦੋਨਾਂ ਪਾਸੇ ਫੁੱਟਪਾਥ ਬਣਿਆ ਉਸ 'ਤੇ ਤੁਰੋ, ਜੇਕਰ ਸੜਕ ਦੇ ਇੱਕ ਪਾਸੇ ਫੁੱਟਪਾਥ ਬਣਿਆ ਚਾਹੇ ਉਹ ਸੱਜੇ ਹੈ ਚਾਹੇ ਖੱਬੇ ਹੈ ਉਸ 'ਤੇ ਤੁਰੋ, ਜੇਕਰ ਫੁੱਟਪਾਥ ਹੈ ਨਹੀਂ ਗਾ ਫਿਰ ਸੜਕ ਦੇ ਸੱਜੇ ਪਾਸੇ ਕੱਚੀ ਥਾਂ 'ਤੇ ਤੁਰੋ। ਅੱਜ ਸਾਡਾ ਇੱਥੇ ਆਉਣਾ ਅਤੇ ਆਪ ਜੀ ਨੂੰ ਮਿਲਣਾ ਇੱਕ ਮਕਸਦ ਹੈ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਾਉਣਾ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਣੂ ਕਰਾਉਣਾ ਹੈ। ਕਿਉਂਕਿ ਅੱਜ ਕੱਲ੍ਹ ਉਹਨੇ ਲੋਕ ਬਿਮਾਰੀਆਂ ਦੇ ਨਾਲ ਨਹੀਂ ਮਰ ਰਹੇ ਜਿੰਨੇ ਆਪਣੀ ਹੀ ਲਾਪਰਵਾਹੀ ਅਤੇ ਅਣਗਹਿਲੀ ਦੇ ਕਾਰਨ ਰੋਡ ਐਕਸੀਡੈਂਟਾਂ ਵਿੱਚ ਉਚਲੇ ਜਾਂਦੇ ਨੇ ਅਤੇ ਕੁਝ ਲੋਕ ਤਾਂ ਜ਼ਖਮੀ ਹੋ ਜਾਂਦੇ ਨੇ ਅਤੇ ਕੁਝ ਸਦਾ ਲਈ ਇਸ ਦੁਨੀਆਂ ਤੋਂ ਚਲੇ ਜਾ ਰਹੇ ਨੇ ਅਤੇ ਬਹੁਤ ਸਾਰੇ ਲੋਕ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਰਹੇ ਨੇ। ਇਸ ਲਈ ਸਾਡਾ ਮੇਨ ਮਕਸਦ ਹੈ ਜ਼ਿੰਦਗੀ ਨੂੰ ਬਚਾਉਣਾ। ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਕਸਮ ਜੀ ਨੇ ਦੱਸਿਆ ਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਜਿੱਥੇ ਛੇਵਾਂ ਦਰਿਆ ਵਹਿ ਤੁਰਿਆ ਨਸ਼ਿਆਂ ਦਾ, ਅਤੇ ਇਹ ਗੱਲ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਰ ਨਸ਼ਿਆਂ ਦੇ ਇਸ ਦਰਿਆ ਨੂੰ ਨੱਕਾ ਲੱਗ ਸਕਦਾ। ਚਰਸੀ ਬੇਟਾ ਹੁਣ ਉਹਨੂੰ ਸਜ਼ਾ ਹੋਈ ਹੈ, 2 ਸਾਲ ਦੀ ਸਜ਼ਾ ਹੋਈ ਹੈ, 50,000 ਰੁਪਏ ਜੁਰਮਾਨਾ ਹੋਇਆ ਉਹਦੇ ਫਾਦਰ ਨੂੰ, ਨਾਲੇ ਕੁੜੀ ਗਈ ਨਾਲੇ ਬਾਪੂ ਜੀ ਜੇਲ੍ਹ 'ਚ ਗਏ। ਅਸੀਂ ਇਕੱਲੇ ਕਹਿ ਰਹੇ ਬੱਚੇ ਹਾਂ ਅਤੇ ਅਸੀਂ ਮਾਂ ਬਾਪ ਨੂੰ ਮਜਬੂਰ ਕਰਦੇ ਹਾਂ ਵੀ ਸਾਨੂੰ ਵਹੀਕਲ ਲੈ ਕੇ ਦਿਓ, ਅਸੀਂ ਚਲਾਉਣਾ ਹੀ ਚਲਾਉਣਾ। ਫਿਰ ਚਲਾਉਣਾ ਨਹੀਂ ਆਉਂਦਾ ਫਿਰ ਅਸੀਂ ਉਡਾਉਣੇ ਹਾਂ, ਇੰਨਾ ਭਜਾਉਂਦੇ ਗਾਂਹ ਹੀ ਟੱਪ ਜਾਂਦੇ ਮੁੜਦੇ ਜੀ ਪਿੱਛੇ। ਸੰਗਰੂਰ 14 ਸਾਲਾਂ ਦਾ ਲੜਕਾ ਸੀ, ਮੋਟਰਸਾਈਕਲ ਚਲਾ ਰਿਹਾ ਸੀਗਾ, ਉਹਦੇ ਕੋਲ ਲਾਇਸੈਂਸ ਵਗੈਰਾ ਕਾਹਦਾ ਹੋਣਾ ਸੀ ਜਦੋਂ 14 ਸਾਲ ਦਾ ਸੀਗਾ, ਐਕਸੀਡੈਂਟ ਕਰਤਾ ਉਹ 'ਚ ਮਰ ਗਿਆ। ਉਹਦੇ ਫਾਦਰ ਨੂੰ ਸਜ਼ਾ ਹੋਈ ਹੈ ਬੇਟਾ ਹੁਣ, 3 ਸਾਲ ਦੀ ਸਜ਼ਾ ਹੋਈ ਹੈ ਔਰ 35,000 ਰੁਪਏ ਜੁਰਮਾਨਾ ਹੈ। ਇਸ ਤੋਂ ਇਲਾਵਾ ਸਾਂਝ ਕੇਂਦਰ ਸਦਰ ਮਲੋਟ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਸਾਂਝ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਨੇ ਸ਼ਕਤੀ ਐਪ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸੁਰੱਖਿਆ ਸਮੇਂ ਸ਼ਕਤੀ ਐਪ ਦੀ ਵਰਤੋਂ ਕਰਨ ਨਾਲ ਤੁਹਾਡੀਆਂ ਲੋਕੇਸ਼ਨਸ ਪੁਲਿਸ ਕੋਲ ਬਹੁਤ ਆਸਾਨੀ ਨਾਲ ਪਹੁੰਚ ਜਾਂਦੀਆਂ ਨੇ। ਜੇਕਰ ਕਿਸੇ ਵੀ ਮੁਸ਼ਕਿਲ ਵਿੱਚ ਤੁਸੀਂ ਪੈਂਦੇ ਹੋ ਤਾਂ ਸਹੀ ਸਮੇਂ ਉੱਤੇ ਪੁਲਿਸ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਮਨਪ੍ਰੀਤ ਸਿੰਘ ਵੱਲੋਂ ਸਕੂਲ ਪਹੁੰਚੇ ਹੋਏ ਪੁਲਿਸ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਗੁਰਪਿਆਰਿਓ, ਟ੍ਰੈਫਿਕ ਨਿਯਮ ਹੋਣ ਜਾਂ ਰੋਡ ਸੇਫਟੀ ਨਿਯਮ ਤੇ ਜਾਂ ਸਰਕਾਰ ਵੱਲੋਂ ਸ਼ਕਤੀ ਐਪ ਜਿਹੀਆਂ ਸ਼ੁਰੂ ਕੀਤੀਆਂ ਗਈਆਂ ਸਹੂਲਤਾਂ, ਇਹਨਾਂ ਬਾਰੇ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਪੱਕਾ ਗਿਆਨ ਹੋਣਾ ਚਾਹੀਦਾ ਹੈ ਤੇ ਬੱਚਿਆਂ ਦੇ ਮੋਬਾਈਲ ਦੇ ਵਿੱਚ ਜ਼ਰੂਰ ਇਹ ਐਪ ਹੋਣੀ ਚਾਹੀਦੀ ਹੈ ਤਾਂ ਜੋ ਅਗਰ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਬੱਚਿਆਂ ਨੂੰ ਅੰਦੇਸ਼ਾ ਹੋਵੇ ਕਿ ਉਹਨਾਂ ਨਾਲ ਵਾਪਰ ਸਕਦੀ ਹੈ ਤਾਂ ਉਹ ਇਸ ਐਪ ਦਾ ਸਹਾਰਾ ਲੈ ਕੇ ਪੁਲਿਸ ਨਾਲ ਸੰਪਰਕ ਸਾਧ ਸਕਣ ਅਤੇ ਅਸੀਂ ਕਿਸੇ ਵੱਡੇ ਹਾਦਸੇ ਨੂੰ ਹੋਣ ਤੋਂ
ਰੋਕ ਸਕੀਏ। ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਸਾਰੀਆਂ ਗੱਲਾਂ ਵੱਲ ਆਵਾਮ ਕਿੰਨਾ ਕੀ ਧਿਆਨ ਦਿੰਦੀ ਹੈ, ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਤਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਜਾਗਰੂਕ ਕਰ ਹੀ ਰਿਹਾ ਹੈ, ਪਰ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਇਹਨਾਂ ਹਦਾਇਤਾਂ ਨੂੰ ਉਹ ਕਿੰਨਾ ਧਿਆਨ ਵਿੱਚ ਰੱਖਦੇ ਨੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਅਪਰਾਧ ਕਰ ਰਿਹਾ, ਸਕੂਲ ਦਾ ਜਿਹੜਾ 100 ਗਜ ਦਾ ਏਰੀਆ ਉਹਦੇ ਅੰਡਰ ਕੋਈ ਤੰਬਾਕੂ ਵਗੈਰਾ ਵੇਚ ਰਿਹਾ ਤਾਂ ਉਹ ਵੀ ਅਪਰਾਧ ਕਰ ਰਿਹਾ। ਕਿੰਨੇ ਕੁ ਅਵੇਅਰ ਆ ਸਰ, ਬਹੁਤ ਬੇਟਾ ਇਹਨਾਂ ਚੀਜ਼ਾਂ 'ਚ ਫਰਕ ਪੈਂਦਾ। ਹੁਣ ਇਹ ਸੀ ਨਸ਼ੇ ਦੀ ਗੱਲ ਵੀ ਨਸ਼ੇ ਦੇ ਨਾਲ ਲੋਕ ਕਿਵੇਂ ਕੀ ਕਰ ਰਹੇ ਨੇ, ਕਿਵੇਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਨਸ਼ੇ ਦੇ ਕਾਰਨ, ਹਰ ਇੱਕ ਨੂੰ ਪਤਾ। ਪਰ ਇੱਧਰਲੇ ਪਾਸੇ ਸੋਚਣ ਲਈ ਅਸੀਂ ਉਤਸ਼ਾਹਿਤ ਹੈ ਨਹੀਂ ਗੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸੋਚੀਏ। ਹੁਣ ਟ੍ਰੈਫਿਕ ਨਿਯਮਾਂ ਦੀ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਤੁਹਾਨੂੰ ਪਹਿਲਾਂ ਸੈਮੀਨਾਰ ਲਾ ਕੇ ਗਏ ਸੀ, ਅਸੀਂ ਗੱਲ ਸਮਝਾ ਕੇ ਗਏ ਸੀ ਸਾਰੇ ਬੱਚਿਆਂ ਨੂੰ, ਸ਼ਾਇਦ ਕੁਝ ਕੁ ਬੱਚੇ ਉਹ ਗੱਲ ਨੂੰ ਫਾਲੋ ਕਰਦੇ ਹੋਣ ਅਤੇ ਬਾਕੀ ਦਾ ਉੱਥੇ ਦਾ ਉੱਥੇ ਹੀ ਪ੍ਰੋਗਰਾਮ ਹੋ ਗਿਆ ਹੋਵੇ। ਪੈਦਲ ਚੱਲਣ ਦੀ ਗੱਲ ਆਪਾਂ ਕਰੀਏ ਬੇਟਾ, ਮੋਟਰ ਵਹੀਕਲ ਐਕਟ ਕਹਿ ਰਿਹਾ ਪੈਦਲ ਚੱਲਣ ਦੀ ਗੱਲ, ਕਿਉਂਕਿ ਸਾਨੂੰ ਹਜੇ ਤੱਕ ਪੈਦਲ ਸੜਕ 'ਤੇ ਤੁਰਨਾ ਹੀ ਨਹੀਂ ਆਇਆ। ਕਾਰਨ ਕੀ ਹੈ ਸਾਨੂੰ ਕਿਸੇ ਨੇ ਸਮਝਾਇਆ ਨਹੀਂ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਪਰ ਜਿਹੜਾ ਮੋਟਰ ਵਹੀਕਲ ਐਕਟ ਕਹਿ ਰਿਹਾ ਵੀ ਸੜਕ ਦੇ ਜੇਕਰ ਦੋਨਾਂ ਪਾਸੇ ਫੁੱਟਪਾਥ ਬਣਿਆ ਉਸ 'ਤੇ ਤੁਰੋ, ਜੇਕਰ ਸੜਕ ਦੇ ਇੱਕ ਪਾਸੇ ਫੁੱਟਪਾਥ ਬਣਿਆ ਚਾਹੇ ਉਹ ਸੱਜੇ ਹੈ ਚਾਹੇ ਖੱਬੇ ਹੈ ਉਸ 'ਤੇ ਤੁਰੋ, ਜੇਕਰ ਫੁੱਟਪਾਥ ਹੈ ਨਹੀਂ ਗਾ ਫਿਰ ਸੜਕ ਦੇ ਸੱਜੇ ਪਾਸੇ ਕੱਚੀ ਥਾਂ 'ਤੇ ਤੁਰੋ। ਅੱਜ ਸਾਡਾ ਇੱਥੇ ਆਉਣਾ ਅਤੇ ਆਪ ਜੀ ਨੂੰ ਮਿਲਣਾ ਇੱਕ ਮਕਸਦ ਹੈ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਾਉਣਾ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਣੂ ਕਰਾਉਣਾ ਹੈ। ਕਿਉਂਕਿ ਅੱਜ ਕੱਲ੍ਹ ਉਹਨੇ ਲੋਕ ਬਿਮਾਰੀਆਂ ਦੇ ਨਾਲ ਨਹੀਂ ਮਰ ਰਹੇ ਜਿੰਨੇ ਆਪਣੀ ਹੀ ਲਾਪਰਵਾਹੀ ਅਤੇ ਅਣਗਹਿਲੀ ਦੇ ਕਾਰਨ ਰੋਡ ਐਕਸੀਡੈਂਟਾਂ ਵਿੱਚ ਉਚਲੇ ਜਾਂਦੇ ਨੇ ਅਤੇ ਕੁਝ ਲੋਕ ਤਾਂ ਜ਼ਖਮੀ ਹੋ ਜਾਂਦੇ ਨੇ ਅਤੇ ਕੁਝ ਸਦਾ ਲਈ ਇਸ ਦੁਨੀਆ ਤੋਂ ਚੱਲੇ ਜਾ ਰਹੇ ਨੇ ਅਤੇ ਬਹੁਤ ਸਾਰੇ ਲੋਕ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਨੇ। ਇਸ ਲਈ ਸਾਡਾ ਮੇਨ ਮਕਸਦ ਹੈ ਜ਼ਿੰਦਗੀ ਨੂੰ ਬਚਾਉਣਾ। ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਕਸਮ ਜੀ ਨੇ ਦੱਸਿਆ ਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਜਿੱਥੇ ਛੇਵਾਂ ਦਰਿਆ ਵਹਿ ਤੁਰਿਆ ਨਸ਼ਿਆਂ ਦਾ, ਅਤੇ ਇਹ ਗੱਲ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਪਰ ਨਸ਼ਿਆਂ ਦੇ ਇਸ ਦਰਿਆ ਨੂੰ ਨੱਕਾ ਲੱਗ ਸਕਦਾ। ਚਰਸੀ ਬੇਟਾ ਹੁਣ ਉਹਨੂੰ ਸਜ਼ਾ ਹੋਈ ਹੈ, 2 ਸਾਲ ਦੀ ਸਜ਼ਾ ਹੋਈ ਹੈ, 50,000 ਰੁਪਏ ਜੁਰਮਾਨਾ ਹੋਇਆ ਉਹਦੇ ਫਾਦਰ ਨੂੰ, ਨਾਲੇ ਕੁੜੀ ਗਈ ਨਾਲੇ ਬਾਪੂ ਜੀ ਜੇਲ੍ਹ 'ਚ ਗਏ। ਅਸੀਂ ਇਕੱਲੇ ਕਹਿ ਰਹੇ ਬੱਚੇ ਹਾਂ ਅਤੇ ਅਸੀਂ ਮਾਂ ਬਾਪ ਨੂੰ ਮਜਬੂਰ ਕਰਦੇ ਹਾਂ ਵੀ ਸਾਨੂੰ ਵਹੀਕਲ ਲੈ ਕੇ ਦਿਓ, ਅਸੀਂ ਚਲਾਉਣਾ ਚਲਾਉਣਾ, ਫਿਰ ਚਲਾਉਣਾ ਨਹੀਂ ਆਉਂਦਾ ਫਿਰ ਅਸੀਂ ਉਡਾਉਣੇ ਹਾਂ, ਇੰਨਾ ਭਜਾਉਂਦੇ ਇੰਨਾ ਭਜਾਉਂਦੇ ਗਾਂਹ ਹੀ ਟੱਪ ਜਾਂਦੇ ਮੁੜਦੇ ਜੀ ਪਿੱਛੇ। ਸੰਗਰੂਰ 14 ਸਾਲਾਂ ਦਾ ਲੜਕਾ ਸੀ, ਮੋਟਰਸਾਈਕਲ ਚਲਾ ਰਿਹਾ ਸੀਗਾ, ਉਹਦੇ ਕੋਲ ਲਾਇਸੈਂਸ ਵਗੈਰਾ ਕਾਹਦਾ ਹੋਣਾ ਜਦੋਂ 14 ਸਾਲ ਦਾ ਸੀਗਾ, ਐਕਸੀਡੈਂਟ ਕਰਤਾ ਉਹ 'ਚ ਮਰ ਗਿਆ। ਉਹਦੇ ਫਾਦਰ ਨੂੰ ਸਜ਼ਾ ਹੋਈ ਹੈ ਬੇਟਾ, ਹੁਣ 3 ਸਾਲ ਦੀ ਸਜ਼ਾ ਹੋਈ ਹੈ ਔਰ 35,000 ਰੁਪਏ ਜੁਰਮਾਨਾ ਹੋਇਆ।